ਤੇ ਹਾਂਜੀ ਬਾਈ ਜੀ ਹੁਣ ਜਿਹੜਾ ਪੰਪ ਹੁੰਦਾ ਆਪਣਾ ਸਪਰੇਅ ਕਰਨ ਵਾਲਾ ਤੇ ਉਹ ਕਈ ਵਾਰੀ ਲੀਕ ਹੋ ਜਾਂਦਾਗਾ ਤੇ ਆਪਾਂ ਜਦੋਂ ਪਾਣੀ ਪਾਉਣੀ ਹੈ ਸਪਰੇਅ ਕਰਦੇ ਆ ਤੇ ਕੱਪੜੇ ਸਾਰੇ ਗਿੱਲੇ ਹੋ ਜਾਂਦੇ ਬਾਈ ਥੋੜਾ ਬਹੁਤਾ ਜਦੋਂ ਲੀਕ ਹੁੰਦਾ ਬਾਈ ਉਹਦਾ ਹੱਲ ਹੈਗਾਗਾ ਜਾਂ ਤਾਂ ਇਹ ਲੀਕ ਹੋਊ ਦੇਖੋ ਥੱਲਾਂ ਤੋਂ ਆਹ ਥੱਲਿਆਂ ਹੋਊਗਾ ਜਾਂ ਹੋਊਗਾ ਬਾਈ ਇੱਥੋਂ ਹੋਊਗਾ ਜਿੱਥੇ ਆ ਪੇਚ ਲੱਗੇ ਹੋਣਗੇ ਨਾ ਇਹ ਬਾਈ ਇੱਥੋਂ ਹੀ ਲੀਕ ਹੁੰਦਾ ਹੁੰਦਾ ਉਹ ਜਾਨੀ ਕਿ ਤੇ ਇਹਦਾ ਇਲਾਜ ਬਾਈ ਹੈਗਾਗਾ ਹੁਣ ਮੈਂ ਤੁਹਾਨੂੰ ਦੱਸਦਾਗਾ ਇਲਾਜ ਕੀ ਹੈ ਦਾ ਇਹਦਾ ਇਲਾਜ ਬਾਈ ਦੇਖੋ ਇੱਕ ਜਿਹੜਾ ਆਪਣਾ ਪੀਵੀਸੀ ਨਹੀਂ ਆਉਂਦੀ ਹੈਗੀ ਟੂਟੀਆਂ ਵਾਲੀ ਜਿਹੜੀ ਪਾਈਪ ਹੁੰਦੀ ਹੈਗੀ ਸਾਗਟ ਆਪਾਂ ਫਿੱਟ ਕਰਦੇ ਆ ਉਹ ਫੇਵੀਕੋਲ ਜਲਾ ਕੇ ਪੀਲੇ ਜਿਹੇ ਰੰਗ ਦਾ ਉਹ ਬਾਈ ਪੇਚ ਜਿੱਥੋਂ ਵੀ ਇਹ ਲੀਕ ਆਗਾ ਉਥੇ ਢਿੱਲੇ ਕਰਕੇ ਪੇਚ ਉਹਨੂੰ ਵਿੱਚ ਪਾ ਦੋ ਤੇ ਲੀਕ ਆਗਾ ਜਿਹੜਾ ਹੁਣ ਉਹ ਹਟ ਜਾਊਗਾ ਬਾਈ ਇਹ ਤਜਰਬਾ ਮੇਰਾ ਕੀਤਾ ਵਗਾ ਹੁਣ ਮੈਂ ਤੁਹਾਨੂੰ ਦੱਸ ਵੀ ਦਿੰਨਾ ਇਸ ਵੀਡੀਓ ਦੇ ਵਿੱਚ ਆਹ ਦੇ ਬਾਈ ਮੇਰਾ ਇੱਥੇ ਲਾਇਆ ਬਾਈ ਇਥੋਂ ਲੀਕ ਸੀਗਾ ਇਹ ਇਹ ਤਜਰਬਾ ਮੇਰਾ ਕਰਕੇ ਦੇਖਿਆ ਬਾਈ ਮੈਂ ਤਾਂ ਕਰਕੇ ਵੀਡੀਓ ਸ਼ੇਅਰ ਕਰੀਆ ਤੇ ਆ ਟੋ ਲਗਾ ਜਿਹੜੇ ਛੇਤੀ ਬਦਲ ਦੀ ਲੋੜ ਨਹੀਂ ਹੈਗੀ ਤੇ ਵੀਡੀਓ ਵਧੀਆ ਲੱਗੀ ਤਾਂ ਵੀਰੇ ਤੇ ਵੀਡੀਓ ਨੂੰ ਲਾਈਕ ਸ਼ੇਅਰ ਜਰੂਰ ਕਰ ਦਿਓ ਤੇ ਆਪਣੇ ਪੇਜ ਨੂੰ ਕਰ ਲਿਓ ਫੋਲੋ